ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਸਾਰਿਆਂ ਦਾ ਨਵੇਂ ਵਲੋਗ 'ਚ ਸਵਾਗਤ ਹੈ, ਕਿਉਂਕਿ ਵਲੋਗ ਆ ਰਿਹਾ ਕਾਫੀ ਦਿਨਾਂ ਬਾਅਦ। ਅਤੇ ਅੱਜ ਮੈਂ ਦੂਸਰੇ ਚੈਨਲ ਵਾਸਤੇ ਸ਼ੂਟਿੰਗ ਕਰੀ ਜਾਂਦਾ ਸੀਗਾ, ਸਾਹਮਣੇ ਲੱਗਿਆ ਹੋਇਆ ਕੈਮਰਾ, ਇੱਕ ਨਿਊ ਟ੍ਰਾਈਪੋਡ ਲਿਆਂਦਾ, ਇਹਦੀ ਵੀ ਅਨਬੋਕਸਿੰਗ ਦੂਸਰੇ ਚੈਨਲ 'ਤੇ ਦੱਸੂੰਗਾ ਵੀ ਕਿੰਨੇ ਦਾ ਹੈ, ਕਿਵੇਂ ਕੀ ਕੰਮ ਕਰਦਾ ਹੈ ਇਹ ਨਿਊ ਟ੍ਰਾਈਪੋਡ। ਬਹੁਤ ਹੀ ਵਧੀਆ ਅਤੇ ਬਹੁਤ ਹੀ ਚੀਪੈਸਟ ਪ੍ਰਾਈਸ 'ਤੇ ਆਪਾਂ ਨੂੰ ਮਿਲਿਆ। ਅਤੇ ਇੱਕ ਆਹ ਵਾਇਰਲੈਸ ਮਾਈਕ, ਬਲੂਟੁੱਥ ਮਾਈਕ ਜਿਹਨੂੰ ਕਹਿੰਦੇ, ਅਤੇ ਇਹਦੀ ਅਨਬੋਕਸਿੰਗ ਚੱਲੀ ਜਾਂਦੀ ਸੀ, ਇਹਦੀ ਮੈਂ ਵੀਡੀਓ ਬਣਾ ਰਿਹਾ ਸੀਗਾ ਅਤੇ ਮੈਂ ਸੋਚਿਆ ਵਲੋਗ ਸ਼ੂਟ ਕਰ ਲਈਏ, ਹੈ ਨਾ। ਅਤੇ ਨੀਚੇ ਮੈਂ ਇਹਨਾਂ ਦੋਵਾਂ ਵੀਡੀਓ ਦੇ ਲਿੰਕ ਦੇ ਦੂੰਗਾ। ਪਹਿਲਾਂ ਤਾਂ ਮੈਂ ਇਹਦੀ ਇਸ ਜਿਹੜੀ ਆ ਬਲੂਟੁੱਥ ਮਾਈਕ ਦੀ ਹੈ, ਇਹਦੀ ਮੈਂ ਵੀਡੀਓ ਬਣਾਵਾਂਗਾ, ਇਸਦਾ ਨੀਚੇ ਮੈਂ ਲਿੰਕ ਦੇ ਦਾਂਗਾ, ਤੁਸੀਂ ਜਾ ਕੇ ਦੇਖ ਸਕਦੇ ਹੋ। ਇਹ ਤੁਹਾਨੂੰ ਬਹੁਤ ਹੀ ਵਧੀਆ ਅਤੇ ਬਹੁਤ ਹੀ ਘੱਟ ਰੇਟ 'ਚ ਤੁਹਾਨੂੰ ਇਹ ਮਾਈਕ ਮਿਲ ਜਾਏਗਾ। ਜਿਵੇਂ ਕਿ ਰੋਡ ਦੇ ਮਾਈਕ ਤੁਸੀਂ ਲੈਂਦੇ ਆ, ਅੱਜ ਕੱਲ੍ਹ ਬਹੁਤ ਮਹਿੰਗੇ ਆ, 6-7 ਹਜ਼ਾਰ ਦਾ ਰੋਡ ਦਾ ਮਾਈਕ ਮਿਲਦਾ। ਆਪਣਾ ਦੂਸਰਾ ਮਾਈਕ ਹੀ ਵਲੋਗਿੰਗ ਵਾਸਤੇ ਜੇਕਰ ਲੈਣਾ ਤੁਸੀਂ ਤਾਂ ਫੋਨ 'ਤੇ ਜਿਹੜਾ ਅਟੈਚ ਹੁੰਦਾ, ਇੱਕ ਮਾਈਕ ਉਹਨਾਂ ਦਾ ਜਿਹੜਾ ਬਲੂਟੁੱਥ ਵਾਲਾ, ਉਹ ਤਾਂ ਘੱਟੋ ਘੱਟ ਤੁਹਾਨੂੰ 20-25 ਹਜ਼ਾਰ ਦੇ ਪ੍ਰਾਈਸ 'ਚ ਮਿਲੂਗਾ, ਜੇ ਤੁਸੀਂ ਬਲੂਟੁੱਥ ਵਾਲਾ ਲੈਣਾ ਵੀ ਤੁਰ ਫਿਰ ਕੇ ਗੱਲ ਕਰਨੀ ਹੈ, ਹੈ ਨਾ। ਅਤੇ ਇਹ ਮਾਈਕ ਜਿਹੜਾ ਤੁਹਾਨੂੰ ਬਹੁਤ ਹੀ ਘੱਟ ਰੇਟ 'ਤੇ, ਬਹੁਤ ਹੀ ਤੁਸੀਂ ਮੰਨ ਲਓ ਵੀ 350-350 ਦੀ ਰੇਂਜ 'ਚ ਤੁਹਾਨੂੰ ਮਾਈਕ ਮਿਲ ਜਾਏਗਾ। ਅਤੇ ਇਹਦੀ ਆਪਾਂ ਅਨਬੋਕਸਿੰਗ ਕਰਾਂਗੇ, ਇਹ ਵੀਡੀਓ ਤੁਹਾਨੂੰ ਦੂਸਰੇ ਚੈਨਲ 'ਤੇ ਮਿਲੂਗੀ, ਉਸਦਾ ਲਿੰਕ ਮੈਂ ਨੀਚੇ ਡਿਸਕ੍ਰਿਪਸ਼ਨ 'ਚ ਪਾ ਦੂੰਗਾ। ਅਤੇ ਤੁਸੀਂ ਸੁਬਾਹ ਸੁਬਾਹ ਦਾ ਟਾਈਮ ਆ ਅਤੇ ਤਰੀਕ ਹੈਗੀ 5 ਅਗਸਤ, ਦਿਨ ਹੈਗਾ ਮੰਗਲਵਾਰ। ਅਤੇ ਅੱਜ ਦਾ ਵਲੋਗ ਦੇਖਦੇ ਹਾਂ ਕੀ ਬਣਦਾ, ਕੀ ਕਰਦੇ ਹਾਂ। ਬਾਕੀ ਤਾਂ ਹਜੇ ਤੱਕ ਸ਼ੂਟਿੰਗ ਹੀ ਹੈ, ਸ਼ੂਟਿੰਗ ਕੰਪਲੀਟ ਕਰਕੇ ਉਸ ਤੋਂ ਬਾਅਦ ਮੈਂ ਤੁਹਾਨੂੰ ਵਲੋਗਿੰਗ ਸਟਾਰਟ ਕਰਦੇ ਹਾਂ। ਚਲੋ ਆਪਾਂ ਵੀਡੀਓ ਬਣਾ ਲਈਏ ਪਹਿਲਾਂ, ਅਤੇ ਫਿਰ ਤੁਹਾਨੂੰ ਅਸੀਂ ਮਿਲਦੇ ਹਾਂ। ਇਹ ਕੈਮਰਾ ਮੋਬਾਈਲ ਮੈਂ ਲੈ ਕੇ ਆਇਆ ਘਰੋਂ, ਇਹ ਜਿਹੜਾ ਮੈਂ ਟ੍ਰਾਈਪੋਡ ਲਿਆ, ਇਹਦੀ ਆਪਾਂ ਬਾਅਦ 'ਚ ਅਨਬੋਕਸਿੰਗ ਕਰਾਂਗੇ, ਹੈ ਨਾ। ਅਤੇ ਆਪਾਂ ਸੈਟਿੰਗ ਵੈਟਿੰਗ ਕਰ ਲਈਏ ਅਤੇ ਬੈਡ ਨਿਊਜ਼ ਯਾਰ, ਵੀਡੀਓ ਬਣਾਈ ਜਾਂਦਾ ਸੀਗਾ ਬਲੂਟੁੱਥ ਦੀ, ਜਿਹੜਾ ਬਲੂਟੁੱਥ ਆ ਇਹ ਨਿਕਲਿਆ ਖਰਾਬ, ਐਮਾਜੋਨ ਤੋਂ ਮੰਗਾਇਆ ਸੀਗਾ, ਇਹ ਨਿਕਲਿਆ ਖਰਾਬ, ਕਿਉਂਕਿ ਇਹ ਆਉਣ ਨਹੀਂ ਹੁੰਦਾ। ਦੇਖੋ ਤੁਸੀਂ, ਕੱਲ੍ਹ ਵਧੀਆ ਚੱਲੀ ਜਾਂਦਾ ਸੀ, ਕੱਲ੍ਹ ਮੈਂ ਯੂਜ਼ ਕਰਦੇ ਰਿਹਾ ਸਾਰਾ ਦਿਨ, ਅਤੇ ਇਹ ਖਰਾਬ ਆ। ਹੁਣ ਇਹਦੀ ਆਪਾਂ ਰਿਪਲੇਸਮੈਂਟ ਪਾਤੀ ਆ ਐਮਾਜੋਨ 'ਤੇ, ਅਤੇ ਆਪਾਂ ਨੂੰ 7 ਦਿਨਾਂ ਬਾਅਦ ਇਹ ਦੁਬਾਰਾ ਮਿਲ ਜੂਗਾ, ਅਤੇ ਇਸ ਦੀ ਦੁਬਾਰਾ ਅਨਬੋਕਸਿੰਗ ਕਰਾਂਗੇ ਅਤੇ ਦੁਬਾਰਾ ਤੁਹਾਨੂੰ ਕਰਕੇ ਦਿਖਾਵਾਂਗੇ ਵੀ ਕੀ ਚੀਜ਼ ਆ ਇਹ ਅਤੇ ਕਿਵੇਂ ਯੂਜ਼ ਕਰ ਸਕਦੇ ਹੋ। ਤਾਂ ਬਹੁਤ ਸਸਤਾ ਇਹ, ਅਤੇ ਨਵਾਂ ਆਪਾਂ ਨੂੰ ਦੇਣਗੇ। ਦੇਖੋ ਤੁਸੀਂ, ਮੈਂ ਜਦੋਂ ਰਿਪਲੇਸਮੈਂਟ ਪਾਈ, ਮੈਂ ਮੈਨੂੰ ਲੱਗਿਆ ਵੀ ਕਿਤੇ ਪਹਿਲਾਂ ਇਹਨੂੰ ਲੈ ਕੇ ਜਾਣਗੇ, ਫਿਰ ਉੱਥੋਂ ਵਾਪਸ ਆਊਗਾ। ਉਹਨਾਂ ਨੇ ਕਿਹਾ ਵੀ ਕੋਈ ਦਿੱਕਤ ਨਹੀਂ, ਤੁਸੀਂ ਇਹ ਆਪਦੇ ਕੋਲ ਰੱਖੋ, ਅਤੇ ਕਿਤੇ ਮੈਂ ਤਾਂ ਆਖਿਆ ਵੀ ਕਿਤੇ ਮੁਕਤਸਰ ਜਾ ਕੇ ਇਹਨੂੰ ਵਾਪਸ ਭੇਜਣਾ ਪਊਗਾ ਐਮਾਜਾਨ ਨੂੰ। ਉਹ ਕਹਿੰਦੇ ਕੋਈ ਦਿੱਕਤ ਨਹੀਂ, ਅਤੇ ਸਿੱਧਾ ਇੱਥੋਂ ਮੈਂ ਜਦੋਂ ਰਿਪਲੇਸਮੈਂਟ ਪਾਈ ਅਤੇ ਉਹ ਕਹਿੰਦੇ ਵੀ ਅਸੀਂ ਦੂਸਰਾ ਭੇਜ ਦਾਂਗੇ ਅਤੇ ਇਹ ਤੁਹਾਡੇ ਤੋਂ ਲੈ ਜਾਵਾਂਗੇ। ਬਹੁਤ ਵਧੀਆ ਸੁਵਿਧਾ ਆ ਐਮਾਜੋਨ ਦੀ, ਅਤੇ ਆਪਾਂ ਇਹ ਤਾਂ ਬਾਅਦ 'ਚ ਕਰਾਂਗੇ ਅਨਬੋਕਸਿੰਗ। ਅਤੇ ਅੱਜ ਆਪਾਂ ਇਹਦੀ ਅਨਬੋਕਸਿੰਗ ਵੀਡੀਓ ਮੈਂ ਬਣਾ ਕੇ ਪਾ ਚੁੱਕਿਆ ਦੂਸਰੇ ਚੈਨਲ 'ਤੇ। ਟ੍ਰਾਈਪੈਡ ਦੇਖਣ ਨੂੰ ਇਹ ਛੋਟਾ ਜਿਹਾ ਲੱਗਦਾ, ਦੇਖਣ ਨੂੰ ਇਹ ਛੋਟਾ ਜਿਹਾ ਲੱਗਦਾ, ਬਟ ਚੀਜ਼ ਬਹੁਤ ਤਗੜੀ ਹੈ, ਬਹੁਤ ਵਧੀਆ ਚੀਜ਼ ਹੈ, ਸੈਲਫੀ ਸਟਿੱਕ ਵੀ ਆ। ਅਤੇ ਤੁਸੀਂ ਜੇ ਦੇਖੋ ਜਾ ਕੇ ਇਹਦੀ ਅਨਬੋਕਸਿੰਗ, ਅਤੇ 711 ਰੁਪਈਆਂ 'ਚ ਮੈਂ ਮੰਗਵਾਇਆ ਸੀਗਾ ਐਮਾਜੋਨ ਤੋਂ। ਬਹੁਤ ਘੈਂਟ ਚੀਜ਼ ਆਈ ਆ, ਬਹੁਤ ਘੈਂਟ ਔਸਮ ਚੀਜ਼ ਆ। ਪਾ ਕੇ ਜਿੱਥੇ ਮਰਜ਼ੀ ਲੈ ਜਾਓ, ਇਕੱਠਾ ਕਰ ਲਓ, ਲੈ ਐਡਾ ਕੁ ਬਣ ਜਾਂਦਾ, ਜਿੰਨਾ ਮਰਜ਼ੀ ਵਧਾ ਲਓ ਤੁਸੀਂ। ਇਹਨੂੰ ਟ੍ਰਾਈਪੋਡ ਬਣਾ ਲਓ, ਠੀਕ ਹੈ ਜੀ, ਜਾਂ ਇਹਨੂੰ ਤੁਸੀਂ ਵਲੋਗਿੰਗ ਟ੍ਰਾਈਪੋਡ ਬਣਾ ਲਓ, ਜਾਂ ਇਸ ਨੂੰ ਤੁਸੀਂ ਸੈਲਫੀ ਸਟਿੱਕ ਬਣਾ ਸਕਦੇ ਹੋ, ਅਤੇ ਸਟੈਬਲਾਈਜੇਸ਼ਨ ਵੀ ਇਹਦੇ ਪਿੱਛੇ ਹੈਗਾ। ਅਤੇ ਬਹੁਤ ਵਧੀਆ ਚੀਜ਼ ਆ, ਉੱਪਰ ਨੀਚੇ ਹੋ ਜਾਂਦਾ ਜਿੱਦਾਂ ਮਰਜ਼ੀ। ਫੋਨ ਕੈਮਰਾ ਪਾਉਣਾ, ਕੈਮਰਾ ਵੀ ਤੁਸੀਂ ਇੱਥੇ ਇਹਨੂੰ ਖੋਲ੍ਹ ਕੇ ਤੁਸੀਂ ਆਪਦਾ DSLR ਵੀ ਫਿੱਟ ਕਰ ਸਕਦੇ ਹੋ ਇੱਥੇ। ਅਤੇ ਬਹੁਤ ਘੈਂਟ ਚੀਜ਼ ਆ ਜੀ, ਤੁਸੀਂ ਇਹਨੂੰ ਉੱਪਰ ਕਰਕੇ ਇੱਥੇ ਇਹਨੂੰ ਖੁੱਲ੍ਹ ਜਾਂਦਾ ਜੀ ਇਹ, ਅਤੇ DSLR ਵੀ ਲਾ ਸਕਦੇ ਹੋ। ਅੱਜ ਦਾ ਯਾਰ ਦਿਨ ਮੰਦਾ ਹੀ ਸੀ, ਹੈ ਨਾ, ਬਲੂਟੁੱਥ ਖਰਾਬ ਹੋ ਗਿਆ, ਸੋ ਸੈਡ। ਚੱਲ ਕੋਈ ਗੱਲ ਨਹੀਂ, ਅਤੇ ਹੁਣ ਆਪਾਂ ਹੈਗੇ ਕਲੀਨਿਕ 'ਤੇ, 9 ਵੱਜ ਗਏ। ਇਸ ਤੋਂ ਬਾਅਦ ਆਪਾਂ ਜਾਵਾਂਗੇ ਪੱਠੇ ਲੈਣ, ਇੱਕ ਅੱਜ ਟ੍ਰਿਪ ਵੀ ਲਾਣੀ ਆ, 2 ਟ੍ਰਿਪਾਂ ਲਾਣੀਆਂ ਅੱਜ। ਅਤੇ ਸਾਰੀ ਰਾਤ ਮੇਰੀ ਲੰਘ ਗਈ ਜਾਗਦਿਆਂ ਦੀ, ਕਿਉਂਕਿ 2 ਪੇਸ਼ੈਂਟ ਆ ਗਏ, ਅਤੇ ਹੁਣ ਮੈਨੂੰ ਨੀਂਦ ਵੀ ਬਹੁਤ ਆ ਰਹੀ ਹੈ, ਅਤੇ ਦੁਪਹਿਰੇ ਆਪਾਂ ਸੌਵਾਂਗੇ। ਅਤੇ ਚਲੋ ਇੱਕ ਵਾਰ ਪੱਠੇ ਲਿਆਈਏ, ਅਤੇ ਫਿਰ ਟ੍ਰਿਪ ਲਾ ਕੇ ਫਿਰ ਦੇਖਦੇ, ਹੈ ਨਾ। ਅਤੇ ਇਹਦੀ ਵੀਡੀਓ ਤੁਸੀਂ ਜ਼ਰੂਰ ਦੇਖਿਆ ਜੀ, ਦੂਜੇ ਚੈਨਲ 'ਤੇ ਮੈਂ ਅਪਲੋਡ ਕਰਤੀ ਆ, ਡਿਸਕ੍ਰਿਪਸ਼ਨ 'ਚ ਇਹਦਾ ਲਿੰਕ ਆ। ਬਹੁਤ ਵਧੀਆ ਚੀਜ਼ ਆ ਯਾਰ, ਤੁਸੀਂ ਜਾ ਕੇ ਦੇਖੋ। ਅਤੇ ਮੇਰੇ ਲਿੰਕ ਤੋਂ ਤੁਸੀਂ ਸੇਲ ਕਰਨੀ ਆ ਇਹ, ਮੈਨੂੰ ਕੋਈ ਫਾਇਦਾ ਹੋ ਸਕੇ, ਐਮਾਜੋਨ ਆਉਂਦੀ ਗਿਫਟ ਵਗੈਰਾ ਮਿਲ ਸਕਣ, ਯਾਰ ਪਲੀਜ਼ ਮੇਰਾ ਲਿੰਕ ਤੋਂ ਸੇਲ ਕਰਿਆ ਜੀ, ਜੇ ਤੁਸੀਂ ਇਹ ਚੀਜ਼ ਸੇਲ ਕਰਨੀ।